ਸਵਾਗਤ ਮੈਂ ਰਮਨ ਸਿੱਧੂ ਲੈ ਕੇ ਹਾਜ਼ਰਾਂ ਇੰਡੀਆ ਸੁਪਰ ਫਾਸਟ ਨਿਊਜ਼ ਆਓ ਚਾਤ ਮਾਰਦੇ ਆ ਖਾਸ ਖਾਸ ਖਬਰਾਂ ਤੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਕਿਹਾ ਪੰਜਾਬ ਚ ਵਿਦਿਆਰਥੀਆਂ ਦੀ ਸਿਹਤ ਦੀ ਹੋਵੇਗੀ ਜਾਂਚ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਐਲਾਨ ਕੀਤਾ ਹੈ ਕਿ ਪੰਜਾਬ ਭਰ ਦੇ ਸਮੂਹ ਸਰਕਾਰੀ ਤੇ ਸਹਾਇਤਾ ਪ੍ਰਾਪਤ ਸਕੂਲਾਂ ਵਿਚਲੇ ਸਮੂਹ ਵਿਦਿਆਰਥੀਆਂ ਦੀ ਸਿਹਤ ਦਾ ਖਿਆਲ ਰੱਖਿਆ ਜਾਵੇਗਾ ਇਸ ਦੌਰਾਨ ਉਹਨਾਂ ਨੇ ਕੱਦ ਭਾਰ ਖੂਨ ਤੇ ਨਿਗਾ ਦੀ ਜਾਂਚ ਕੀਤੀ ਜਾਵੇਗੀ ਜਨੇਪੇ ਮੰਗਰੋ ਔਰਤ ਦੀ ਮੌਤ ਪਰਿਵਾਰ ਵੱਲੋਂ ਪ੍ਰਦਰਸ਼ਨ ਜਰਨੈਲੀ ਸੜਕ ਤੇ ਨਿੱਜੀ ਹਸਪਤਾਲ ਵਿੱਚ ਜਨੇਪੇ ਉਪਰੰਤ ਔਰਤ ਦੀ ਮੌਤ ਹੋ ਗਈ ਜਿਸ ਦੀ ਪਛਾਣ ਸੰਦੀਪ ਕੌਰ ਵਾਸੀ ਲੋਹਾਰ ਮਾਜਰਾ ਵਜੋਂ ਹੋਈ ਭਾਵੇਂ ਕਿ ਉਸ ਨੂੰ ਕਿਸੇ ਹੋਰ ਨਿੱਜੀ ਹਸਪਤਾਲ ਵਿੱਚ ਰੈਫਰ ਕੀਤਾ ਗਿਆ ਸੀ ਪਰ ਉਦੋਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ ਮ੍ਰਿਤਕਾਂ ਦੇ ਵਾਰਸਾ ਨੇ ਡਾਕਟਰਾਂ ਤੇ ਇਲਾਜ ਵਿੱਚ ਲਾਪਰਵਾਹੀ ਦਾ ਦੋਸ਼ ਲਾਉਂਦੇ ਹਸਪਤਾਲ ਵਿੱਚ ਹੰਗਾਮਾ ਕੀਤਾ ਅਤੇ ਡਾਕਟਰਾਂ ਖਿਲਾਫ ਸਖਤ ਕਾਰਵਾਈ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਨਸ਼ਾ ਮੁਕਤੀ ਕੇਂਦਰ ਚ ਤਸ਼ੱਦਦ ਕਾਰਨ ਨੌਜਵਾਨ ਦੀ ਮੌਤ ਖਾਨਾ ਕੋਟ ਈਸੇਖਾ ਅਧੀਨ ਪਿੰਡ ਚੀਵਾ ਵਿੱਚ ਚੱਲ ਰਹੇ ਗੈਰ ਕਾਨੂੰਨੀ ਨਸ਼ਾ ਮੁਕਤੀ ਕੇਂਦਰ ਚ ਮਾਪਿਆਂ ਦੇ ਇਕਲੌਤੇ ਪੁੱਤ ਦੀ ਅਣਮਨੂਖੀ ਤਸੱਦਦ ਕਾਰਨ ਮੌਤ ਹੋ ਗਈ। ਇਸ ਨੌਜਵਾਨ ਦਾ 5 ਮਹੀਨੇ ਪਹਿਲਾਂ ਵਿਆਹ ਹੋਇਆ ਸੀ ਮੋਗਾ 4 ਮਹੀਨੇ ਦੌਰਾਨ ਗੈਰ ਕਾਨੂੰਨੀ ਨਸ਼ਾ ਮੁਕਤੀ ਕੇਂਦਰ ਚ ਇਹ ਤੀਜਾ ਤਸੱਦਦ ਦਾ ਮਾਮਲਾ ਸਾਹਮਣੇ ਆਇਆ ਹੈ। ਮੁਲਾਜ਼ਮਾਂ ਵੱਲੋਂ ਸਮੂਹਿਕ ਛੁੱਟੀ ਲੈ ਕੇ ਸਿੱਖਿਆ ਭਵਨ ਦਾ ਘਰਾਓ। ਸਿੱਖਿਆ ਵਿਭਾਗ ਦੇ ਦਫ਼ਤਰੀ ਕਰਮਚਾਰੀ ਲੰਮੇ ਸਮੇਂ ਤੋਂ ਰੈਗੂਲਰ ਹੋਣ ਲਈ ਸਮੇਂ ਦੀਆਂ ਸਰਕਾਰਾਂ ਦੇ ਹਾੜੇ ਕੱਟਦੇ ਆ ਰਹੇ ਨੇ ਪਰ ਉਹਨਾਂ ਦੇ ਪੱਕੇ ਹੋਣ ਦੀ ਉਡੀਕ ਲਗਾਤਾਰ ਲੰਮੀ ਹੁੰਦੀ ਜਾ ਰਹੀ ਹੈ ਜਿਸ ਦੇ ਰੋਜ਼ਵਜੋ ਦਫ਼ਤਰੀ ਸਟਾਫ ਨੇ ਸਮੂਹਿਕ ਛੁੱਟੀ ਲੈ ਕੇ ਸਿੱਖਿਆ ਭਵਨ ਦਾ ਕਰਾਓ ਕਰਕੇ ਵਿਖਾਵਾ ਕੀਤਾ। ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਚਾਰ ਆਗੂਆਂ ਦੇ ਅਸਥੀ ਪ੍ਰਵਾਨ ਸ਼੍ਰੋਮਣੀ ਕਾਲੀਦਾਲ ਸੁਧਾਰ ਲਹਿਰ ਦੇ ਆਗੂਆਂ ਵੱਲੋਂ ਪੰਜਾਬ ਦੇ ਪੰਥਕ ਤੇ ਸਿਆਸੀ ਹਾਲਾਤ ਬਾਰੇ ਵਿਚਾਰ-ਵਟਾਂਦਰਾ ਕਰਨ ਲਈ ਮੀਟਿੰਗ ਕੀਤੀ ਗਈ। ਇਸ ਮੌਕੇ ਅਕਾਲ ਤਖਤ ਦੇ ਜਥੇਦਾਰ ਵੱਲੋਂ 2 ਦਸੰਬਰ ਨੂੰ ਤਲਬ ਕੀਤੇ ਗਏ ਆਗੂਆਂ ਸਬੰਧੀ ਵੀ ਗੱਲਬਾਤ ਕੀਤੀ ਗਈ। ਨਵੀਅੋਦਕਰ ਸਿੱਧੂ ਨਾਲ ਪ੍ਰਾਪਰਟੀ ਦੇ ਮਾਮਲੇ ਵਿੱਚ 2 ਕਰੋੜ ਰੁਪਏ ਦੀ ਠੱਗੀ। ਸਾਬਕਾ ਵਿਧਾਇਕ ਡਾਕਟਰ ਨਵੀਅੋਦਕਰ ਸਿੱਧੂ ਨੇ ਉਹਨਾਂ ਨਾਲ 2 ਕਰੋੜ ਰੁਪਏ ਦੀ ਠੱਗੀ ਵਜਨ ਦਾ ਦੋਸ਼ ਲਾਇਆ ਹੈ। ਉਨਾਇਸਵੰਦੀ ਆਪਣੇ ਇੱਕ ਨਿੱਜੀ ਸਹਾਇਕ ਤੇ ਹੋਰਨਾਂ ਖਿਲਾਫ ਪੁਲਿਸ ਕੋਲ ਸ਼ਿਕਾਇਤ ਕੀਤੀ ਹੈ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਸਵੰਦੀ ਜਾਂਚ ਆਰਥਿਕ ਅਪਰਾਧ ਸ਼ਾਖਾ ਨੂੰ ਭੇਜ ਦਿੱਤੀ ਗਈ ਹੈ ਮੀਟਿੰਗ ਤੈਅ ਕਰਕੇ ਮੰਤਰੀ ਦੇ ਨਾਂ ਪਹੁੰਚਣ ਤੋਂ ਪੜ ਕੇ ਬੇਰੁਜ਼ਗਾਰ ਪੰਜਾਬ ਦੇ ਵਰਕਰਾਂ ਵੱਲੋਂ ਸਹਾਇਕ ਲੈਣ ਮੈਣਾ ਦੀਆਂ ਪੋਸਟਾਂ ਕੱਢ ਕੇ ਪੱਕੀ ਭਰਤੀ ਕਰਨ ਦੀ ਮੰਗ ਦੀ ਪੂਰਤੀ ਲਈ ਪਾਵਰ ਕੌਮ ਦਫਤਰ ਅੱਗੇ 25 ਨਵੰਬਰ ਤੋਂ ਸ਼ੁਰੂ ਕੀਤਾ ਗਿਆ ਧਰਨਾ ਚੌਥੇ ਦਿਨ ਵੀ ਚੱਲ ਰਿਹਾ ਭਾਜਪਾ ਵੱਲੋਂ ਹਵਾਈ ਅੱਡੇ ਤੇ ਭਗਤ ਸਿੰਘ ਦੇ ਬੁੱਤ ਨੂੰ ਲੋਕ ਅਰਪਣ ਨਾ ਕਰਨ ਲਈ ਸਰਕਾਰ ਦੇ ਨਖੇਦੀ ਮੁਹਾਲੀ ਜिले ਵਿੱਚ ਸਥਿਤ ਸ਼ਹੀਦ ਆਜ਼ਮ ਭਗਤ ਸਿੰਘ ਕੋਮੰਦਰੀ ਹਵਾਈ ਅੱਡੇ ਤੇ ਲਗਾਏ ਸ਼ਹੀਦ ਭਗਤ ਸਿੰਘ ਦੇ ਬੁੱਤ ਦਾ ਕਈ ਮਹੀਨਿਆਂ ਤੋਂ ਲੋਕ ਅਰਪਣ ਨਹੀਂ ਹੋ ਸਕਿਆ ਪੰਜਾਬ ਪਾਜਬਾ ਦੇ ਮੀਤ ਪ੍ਰਧਾਨ ਡਾਕਟਰ ਸੁਭਾਸ਼ ਸ਼ਰਮਾ ਨੇ ਹਵਾਈ ਅੱਡੇ ਤੇ ਬੀਤੇ 6 ਮਹੀਨੇ ਤੋਂ ਲੱਗੇ ਭਗਤ ਸਿੰਘ ਦੇ ਬਹੁਤਾ ਲੋਕ ਅਰਪਣ ਨਾ ਕਰਨ ਲਈ ਪੰਜਾਬ ਸਰਕਾਰ ਦੀ ਨਕੀਦੀ ਕੀਤੀ ਹੈ। ਪੰਜਾਬ ਦੇ ਕੰਪਿਊਟਰ ਅਧਿਆਪਕਾਂ ਵੱਲੋਂ ਮਰਨ ਵਾਰਤ ਸ਼ੁਰੂ ਕਰਨ ਦਾ ਐਲਾਨ। ਕੰਪਿਊਟਰ ਅਧਿਆਪਕ ਸੰਘਾਰਸ਼ਿਕ ਕਮੇਟੀ ਪੰਜਾਬ ਦੀ ਅਗਵਾਈ ਹੇ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਪਿਛਲੇ 90 ਦਿਨਾਂ ਤੋਂ ਭੁੱਕ ਹੜਤਾਲ ਤੇ ਬੈਠੇ ਕੰਪਿਊਟਰ ਅਧਿਆਪਕਾਂ ਵੱਲੋਂ ਮੰਗਾਂ ਦੀ ਅਣਦੇਖੀ ਤੇ ਸਰਕਾਰ ਦੀ ਵਾਅਦਾ ਖਿਲਾਫੀ ਦੇ ਵਿਰੋਧ ਵਿੱਚ 22 ਦਸੰਬਰ ਤੋਂ ਮਾਰਨ ਵਰਤ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ ਆਬਲੋ ਨਗਰ ਨਿਗਮ ਤੇ ਕਾਉਂਸਲ ਚੋਣਾਂ ਦੀ ਤਿਆਰੀ ਸ਼ੁਰੂ ਆਮ ਆਦਮੀ ਪਾਰਟੀ ਪੰਜਾਬ ਨੇ ਸੂਬੇ ਵਿੱਚ ਹੋਣ ਵਾਲੀਆਂ ਪੰਜ ਨਗਰ ਨਿਗਮ ਤੇ 43 ਨਗਰ ਕੌਂਸਲ ਚੋਣਾਂ ਲਈ ਤਿਆਰੀ ਖਿੱਚ ਲਈ ਹੈ ਆ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਨੇ ਚੰਡੀਗੜ੍ਹ ਸਥਿਤ ਪਾਰਟੀ ਦਫ਼ਤਰ ਵਿੱਚ ਪਾਰਟੀ ਦੇ ਸੀਨੀਅਰ ਆਗੂਆਂ ਵ代ਿਕਾਂ ਜ਼ਿਲ੍ਹਾ ਇੰਚਾਰਜਾਂ ਤੇ ਵਾਕ ਵਾਕ ਵਿੰਗਾਂ ਦੇ ਆਗੂਆਂ ਨਾਲ ਮੀਟਿੰਗ ਕੀਤੀ ਸੰਸਦ ਦਾ ਤੀਜਾ ਦਿਨ ਵੀ ਹੰਗਾਮੇ ਦੀ ਪੀੜ ਚੜਿਆ ਸੰਸਦ ਦੇ ਸਰਦਰੋਤ ਇਜਲਾਸ ਦਾ ਲਗਾਤਾਰ ਤੀਜਾ ਦਿਨ ਹੰਗਾਮੇ ਦੀ ਪੀੜ ਚੜ ਗਿਆ ਵਿਰੋਧੀ ਧਿਰਾਂ ਦੇ ਮੈਂਬਰਾਂ ਨੇ ਅਡਾਨੀ ਤੇ ਮਣੀਪੁਰ ਤੇ ਸੰਬਲ ਹਿੰਸਾ ਦੇ ਮੁੱਦਿਆਂ ਦੇ ਚਰਚਾ ਕਰਨ ਨੂੰ ਲੈ ਕੇ ਰੌਲਾ ਰੱਪਾ ਪਾਇਆ 84 ਦੰਗੇਜ ਸਜਨ ਕੁਮਾਰ ਖਿਲਾਫ ਕੇਸ ਦਾ ਫੈਸਲਾ ਅੱਜ ਦਿੱਲੀ ਦੀ ਕੇ ਅਦਾਲਤ ਵੱਲੋਂ ਕਾਂਗਰਸ ਦੇ ਸਾਬਕਾ ਐਮਪੀ ਸਰਜਨ ਕੁਮਾਰ ਖਿਲਾਫ ਸਾਲ 1984 ਦੇ ਸਿੱਖ ਵਿਰੋਧੀ ਦੰਗਿਆਂ ਸੰਬੰਧੀ ਕੇਸ ਵਿੱਚ ਅੱਜ ਫੈਸਲਾ ਸੁਣਾਇਆ ਜਾ ਸਕਦਾ ਹੈ। ਕਿ ਇਸ ਦਾ ਸਬੰਧ ਸਿੱਖ ਵਿਰੋਧੀ ਦੰਗਿਆਂ ਦੌਰਾਨ ਸਰਸਵਤੀ ਵਿਹਾਰ ਇਲਾਕੇ ਵਿੱਚ ਦੋ ਵਿਅਕਤੀਆਂ ਦੀ ਹੱਤਿਆ ਨਾਲ ਹੈ। ਪੰਜਾਬ ਹਰਿਆਣਾ ਸਰਕਾਰਾਂ ਖਿਲਾਫ ਸੁਪਰੀਮ ਕੋਰਟ ਸਖਤ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਪੰਜਾਬ ਤੇ ਹਰਿਆਣਾ ਸਰਕਾਰਾਂ ਪਰਾਲੀ ਸਾੜਨ ਵਾਲੇ ਕਿਸਾਨਾਂ ਖਿਲਾਫ ਕਾਰਵਾਈ ਕਰਨ ਛਢਲ ਵਰਤ ਰਹੀਆਂ ਨੇ ਦਿੱਲੀ ਤੇ NCR ਚ ਹਵਾ ਪ੍ਰਦੂਸ਼ਣ ਦੇ ਮਾਮਲਿਆਂ ਦੀ ਸੁਣਵਾਈ ਕਰਦਿਆਂ ਬੈਂਚ ਨੇ ਕਿਹਾ ਹੈ ਕਿ ਸਮੱਸਿਆ ਦੇ ਪੱਕੇ ਹੱਲ ਲਈ ਕੋਈ ਪ੍ਰਬੰਧ ਤਿਆਰ ਕਰਨ ਦੀ ਲੋੜ ਹੈ ਅਦਾਲਤ ਦੇ ਕੇਸ ਮੰਗਰੋ ਅਜਮੇਰ ਦਰਗਾਹ ਸੰਬੰਧੀ ਵਿਵਾਦ ਪਕਿਆ ਅਜਮੇਰ ਵਿੱਚ ਸਥਿਤ ਸੂਫੀ ਸੰਤ ਖਵਾਜਾ ਮੋਇਨੁਦੀਨ ਚਿਸ਼ਤੀ ਦੀ ਦਰਗਾਹ ਸ਼ਿਵ ਮੰਦਰ ਉੱਪਰ ਬਣੇ ਹੋਣ ਦੇ ਦਾਅਵੇ ਨਾਲ ਸਬੰਧਤ ਵਿਵਾਦ ਉਸ ਸਮੇਂ ਹੋਰ ਵੱਧ ਗਿਆ ਜਦੋਂ ਇਸ ਵੰਦੀ ਵੱਖ-ਵੱਖ ਆਗੂਆਂ ਤੇ ਫਿਰਕਿਆਂ ਨਾਲ ਜੁੜੇ ਲੋਕਾਂ ਦੇ ਬਿਆਨ ਸਾਹਮਣੇ ਆਉਣ ਲੱਗ ਪਏ। ਕੁਝ ਨੇ ਇਸ ਵਿਵਾਦ ਨੂੰ ਚਿੰਤਾਜਨਕ ਦੱਸਿਆ ਤਾਂ ਕਿਸੇ ਨੇ ਦੁਖਦਾਈ ਆਖਿਆ। ਮੁਲਕਾ ਸਾਈਬਰ ਜੰਗ ਤੇ ਹੋਰ ਚੁਣੌਤੀਆਂ ਖਿਲਾਫ ਤਿਆਰ ਰਹੇ। ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਕਿਹਾ ਕਿ ਭਾਰਤ ਨੂੰ ਤੇਜ਼ੀ ਨਾਲ ਬਦਲ ਰਹੇ ਪੂਰਾਜਨੀ ਮਾਹੌਲ 'ਚ ਕਿਸੇ ਵੀ ਕਿਸਮ ਦੀ ਸਥਿਤੀ ਨਾਲ ਨਜਿੱਠਣ ਲਈ ਤਿਆਰ ਰਹਿਣਾ ਚਾਹੀਦਾ ਹੈ ਜਿਸ ਵਿੱਚ ਸਾਈਬਰ ਜੰਗ ਤੇ دہشتਵਾਦ ਜਈਆਂ ਕੌਮੀ ਸੁਰੱਖਿਆ ਚੁਣੌਤੀਆਂ ਵੀ ਸ਼ਾਮਲ ਨੇ ਇਮਫਾਲੂ ਪੂਰਬੀ 'ਚ ਸੈਂਕੜੇ ਮੁਜ਼ਾਹਰਾਕਾਰੀਆਂ ਵੱਲੋਂ ਆਪਸਫਾ ਖਿਲਾਫ ਰੈਲੀ ਸੈਂਕੜੇ ਮੁਜਾਰਾਕਾਰੀਆਂ ਨੇ ਕਾਰਫਿਊ ਦੇ ਬਾਵਜੂਦ ਇਮਫਾਲ ਪੂਰਬੀ ਜ਼ਿਲ੍ਹੇ ਚੈਲੀ ਕੱਢ ਕੇ ਮਣੀਪੁਰ ਵਿੱਚੋਂ ਹਥਿਆਰਬੰਦ ਸੈਨਾਮਾ ਵਿਸ਼ੇਸ਼ ਅਧਿਕਾਰ ਕਾਨੂੰਨ ਹਟਾਉਣ ਤੇ ਜਿਰੀਬਾਮ ਜ਼ਿਲ੍ਹੇ ਚ ਤਿੰਨ ਆਰਤਾਂ ਤੇ ਦਿਨ ਬਚਿਆ ਦੀ ਹੱਤਿਆ ਲਈ ਜ਼ਿੰਮੇਵਾਰਾਂ ਦੀ ਗ੍ਰਿਫਤਾਰੀ ਦੀ ਮੰਗ ਕੀਤੀ ਹੈ। ਹਿਮਾਚਲ ਜਲ 3000 ਮੀਟਰ ਤੋਂ ਵੱਧ ਦੀ ਚੜ੍ਹਾਈ ਤੇ ਪਵੰਦੀ। हिमाचल प्रदेश ਦੇ ਕਾਂਗੜਾ ਜ਼ਿਲ੍ਹੇ ਚ ਤੋਲਾਤਾਰ ਪਹਾੜੀ ਰੇਂਜ 3000 ਮੀਟਰ ਤੋਂ ਵੱਧ ਦੀ ਉਚਾਈ ਤੇ ਟਰੈਕਿੰਗ ਸਰਗਰਮੀਆਂ ਤੇ ਆਰਜੀ ਪਾਬੰਦੀ ਲਾਈ ਗਈ ਹੈ ਜਿਹੜੀ ਅਗਲੇ ਨੋਟਿਸ ਤੱਕ ਚੱਲੀ ਰਹੇਗੀ ਸਾਈਬਰ ਅਪਰਾਧ ਮਾਮਲੇ ਚ ਛਾਪਾ ਮਾਰਨ ਗਈ ਈਡੀ ਟੀਮ ਤੇ ਹਮਲਾ ਸਾਈਬਰ ਧੋਖਾਧੜੀ ਨਾਲ ਸੰਬੰਧਤ ਮਨੀ ਲਾਂਡਰਿੰਗ ਕੇਸ ਤਹਿਤ ਦਿੱਲੀ ਵਿੱਚ ਫਾਰਮ ਹਾਊਸ ਤੇ ਛਾਪਾ ਮਾਰਨ ਗਈ ਈਡੀ ਟੀਮ ਤੇ ਹਮਲਾ ਕੀਤਾ ਗਿਆ ਜਿਸ ਚ ਟੀਮ ਦਾ ਇੱਕ ਮੈਂਬਰ ਚਗਮੀ ਹੋ ਗਿਆ ਕਸ਼ਮੀਰ ਕਾਟੀ ਜੀ ਠੰਡ ਦਾ ਜੋਰ ਚਾਰੀ ਕਸ਼ਮੀਰ ਦੇ ਸ਼ਹਿਰ ਸ਼੍ਰੀਨਗਰ ਤੇ ਹੋਰ ਥਾਮਾ ਤੇ ਸੀਜ਼ਨ ਦੀ ਹੁਣ ਤੱਕ ਦੀ ਸਭ ਤੋਂ ਠੰਡੀ ਰਾਤ ਰਹੀ ਅਧਿਕਾਰੀਆਂ ਨੇ ਦੱਸਿਆ ਕਿ ਜ਼ਿਆਦਾਤਰ ਥਾਮਾ ਤੇ ਰਾਤ ਦਾ ਤਾਪਮਨ 4 ਫੋ ਡਿਗਰੀ ਸੈਲਸੀਅਸ ਤੋਂ ਘੱਟ ਦਰਜ ਕੀਤਾ ਗਿਆ ਉਹਨਾਂ ਦੱਸਿਆ ਕਿ ਸ਼੍ਰੀਨਗਰ ਵਿੱਚ ਤਾਪਮਨ ਮਨਫੀ 2.1 ਡਿਗਰੀ ਸੈਲਸੀਅਸ ਰਿਹਾ ਜੋ ਪਿਛਲੀ ਰਾਤ ਨਾਲੋਂ ਮਨਫੀ 1.5 ਡਿਗਰੀ ਘੱਟ ਸੀ ਦੇਸ਼ਤਗਰਦ ਸਲਮਾਨ ਨੂੰ ਰਵਾਂਡਾ ਤੋਂ ਭਾਰਤ ਲਿਆਂਦਾ ਸੀਬੀਆਈ ਤੇ ਕੌਮੀ ਜਾਂਚ ਏਜੰਸੀ ਨੇ ਇੱਕ ਸਾਂਝੀ ਮੁਹਿੰਮ ਵਿੱਚ ਦੇਸ਼ਤਗਰਦ ਜਥੇਬੰਦੀ ਲਸ਼ਕਰ-ਏ-ਤੌਇਬਾ ਦੇ ਇੱਕ ਮੈਂਬਰ ਨੂੰ ਰਵਾਂਡਾ ਤੋਂ ਭਾਰਤ ਲਿਆਂਦਾ ਜਿਸ ਦੇ ਖਿਲਾਫ ਇੰਟਰਪੋਲ ਵੱਲੋਂ ਵੀ ਰੈੱਡ ਨੋਟਿਸ ਜਾਰੀ ਹੋ ਚੁੱਕਾ ਸੀ ਸੀਬੀਆਈ ਦੀ ਪਟੀਸ਼ਨ ਤੇ ਯਾਸ਼ੀਨ ਮਲਿਕ ਤੇ ਹੋਰਾਂ ਤੋਂ ਜਵਾਬ ਤਲਬ ਸੁਪਰੀਮ ਕੋਰਟ ਨੇ ਦੋ ਕੇਸਾਂ ਦੀ ਸੁਣਵਾਈ ਜੰਮੂ ਤੋਂ ਨਵੀਂ ਦਿੱਲੀ ਤਬਦੀਲ ਕਰਨ ਦੀ ਕੇਂਦਰੀ ਜਾਂਚ ਬਿਊਰੋ ਦੀ ਪਟੀਸ਼ਨ ਤੇ ਜੰਮੂ ਕਸ਼ਮੀਰ ਦੇ ਵੱਖਵਾਦੀ ਆਗੂ ਯਾਸ਼ੀਨ ਮਾਲਿਕ ਤੇ ਹੋਰ ਮੁਲਜ਼ਮਾਂ ਤੋਂ ਜ਼ਮਾਨਤ ਮੰਗਿਆ ਹੈ ਵਾਕਫ ਵਿੱਲ ਬਾਰੇ ਸੰਸਦੀ ਕਮੇਟੀ ਦਾ ਕਾਰਜਕਾਲ ਬਜਟ ਇਜਲਾਸ ਤੱਕ ਵਧਿਆ ਲੋਕ ਸਭਾ ਨੇ ਵਕਫ ਸੋਧ ਵਿੱਲ ਬਾਰੇ ਸਾਂਝੀ ਸੰਸਦੀ ਕਮੇਟੀ ਦਾ ਕਾਰਜਕਾਲ ਅਗਲੇ ਸਾਲ ਸੰਸਦ ਦੇ ਬਜਟ ਇਜਲਾਸ ਦੇ ਆਖਰੀ ਦਿਨ ਤੱਕ ਲਈ ਵਧਾ ਦਿੱਤਾ ਕਮੇਟੀ ਦੇ ਚੇਅਰਮੈਨ ਤੇ ਭਾਜਪਾ ਆਗੂ ਜਗਦੰਬਿਕਾ ਪਾਲ ਨੇ ਲੋਕ ਸਭਾ 'ਚ ਇਸਵੰਦੀ ਮਤਾ ਪੇਸ਼ ਕੀਤਾ ਜਿਸ ਨੂੰ ਜ਼ੁਬਾਨੀ ਵੋਟਾਂ ਨਾਲ ਪ੍ਰਵਾਨ ਕਰ ਲਿਆ ਗਿਆ ਡੱਲੇਵਾਲ ਨੂੰ ਮਿਲ ਹਸਪਤਾਲ ਪੁੱਜੇ ਕਿਸਾਨ ਆਗੂ ਹਿਰਾਸਤ 'ਚ ਲੈ। ਖਨੌਰੀ ਬਾਰਡਰ ਤੋਂ ਮਰਨਵਾਰ ਤੇ ਬੈਠਣ ਤੋਂ ਪਹਿਲਾਂ ਡੀ ਐਮ ਸੀ ਹਸਪਤਾਲ ਵਿੱਚ ਨਜ਼ਰਬੰਦ ਕੀਤੇ ਗਏ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਮਿਲ ਲਈ ਕਿਸਾਨ ਆਗੂ ਕੁਜੇ। ਇਸ ਦੌਰਾਨ ਪੁਲਿਸ ਨੇ ਕਿਸਾਨਾਂ ਨੂੰ ਰੋਕ ਲਿਆ ਕਿਸਾਨ ਆਗੂ ਜਦੋਂ ਡੱਲੇਵਾਲ ਨੂੰ ਮਿਲਣ ਲਈ ਅੜ ਗਏ ਤਾਂ ਪੁਲਿਸ ਅਧਿਕਾਰੀਆਂ ਨੇ ਦੋ ਆਗੂਆਂ ਨੂੰ ਹਿਰਾਸਤ ਵਿੱਚ ਲੈ ਲਿਆ। ਜਿਸ ਮਗਰੋਂ ਕਾਫੀ ਹੰਗਾਮਾ ਹੋਇਆ। ਅਕਾਲ ਸਾਹਿਬ ਦੇ ਜਥੇਦਾਰ ਗਿਆਨੀ ਰੰਗਵੀਰ ਸਿੰਘ ਨੇ ਕਿਹਾ ਅਕਾਲ ਤਖਤ ਤੇ ਪੇਸ਼ ਹੋਣ ਵਾਲੇ ਅਕਾਲੀ ਆਗੂਆਂ ਦਾ ਕਾਇਮ ਰੱਖਣ ਸ਼੍ਰੋਮਣੀ ਗਾੜੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਹੋਰ ਅਕਾਲੀ ਆਗੂਆਂ ਖਿਲਾਫ 2 ਦਸੰਬਰ ਨੂੰ ਹੋਣ ਵਾਲੀ ਕਾਰਵਾਈ ਤੋਂ ਪਹਿਲਾਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰੰਗਵੀਰ ਸਿੰਘ ਵੱਲੋਂ ਸਮੂਹ ਅਕਾਲੀ ਆਗੂਆਂ ਨੂੰ ਸੁਚੇਤ ਕੀਤਾ ਗਿਆ ਹੈ ਕਿ ਉਹ ਇਸ ਮੌਕੇ ਧਾਰਮਿਕ ਸਥਾਨ ਦੀ ਮਰਿਆਦਾ ਨੂੰ ਬਰਕਰਾਰ ਰੱਖਣ ਸੁਰੇਨ ਨੇ ਝਾਰਖੰਡ ਦੇ 14ਵੇਂ ਮੁੱਖ ਮੰਤਰੀ ਵਜੋਂ ਚੁੱਕੀ ਸੌ ਝਾਰਖੰਡ ਮੁਕਤੀ ਮੋਰਚਾ ਦੇ ਆਗੂ ਹੇਮਤ ਸੁਰੇਨ ਨੇ ਸਮਾਗਮ ਦੌਰਾਨ ਝਾਰਖੰਡ ਦੇ 14ਵੇਂ ਮੁੱਖ ਮੰਤਰੀ ਵਜੋਂ ਹਲਫ ਲਿਆ ਇਸ 49 ਸਾਲਾ ਕਬਾਇਲੀ ਆਗੂ ਨੂੰ ਝਾਰਖੰਡ ਦੇ ਰਾਜਪਾਲ ਸੰਤੋਸ਼ ਕੁਮਾਰ ਗੰਗਵਾਰ ਨੇ ਮੁੱਖ ਮੰਤਰੀ ਵਜੋਂ ਆਦੇ ਤੇ ਰਾਜਦਾਰੀ ਦੀ ਸੌਂਚਕਾਈ ਜੰਮੂ ਕਸ਼ਮੀਰ ਤੇ ਪਾਕਿਸਤਾਨ ਚ ਭੁਚਾਲ ਦੇ ਝਟਕੇ ਭਾਰਤ ਦੇ ਜੰਮੂ ਕਸ਼ਮੀਰ ਤੇ ਪਾਕਿਸਤਾਨ ਦੇ ਉੱਤਰ ਪੱਛਮੀ ਖੇਤਰ ਵਿੱਚ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਨੇ ਹਾਲਾਂਕਿ ਦੋਵੇਂ ਥਾਈ ਜਾਣਨੀ ਮਾਲੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ ਜੰਮੂ ਕਸ਼ਮੀਰ ਵਿੱਚ ਭੁਚਾਲ ਦੀ ਤੀਬਰਤਾ ਰੈਕਟਰ ਪੈਮਾਨੇ ਤੇ 5.8 ਮਾਪੀ ਗਈ ਹੈ ਜਦ ਕਿ ਪਾਕਿਸਤਾਨ ਵਿੱਚ 5.2 ਤੀਬਰਤਾ ਦਾ ਭੁਚਾਲ ਆਇਆ ਹੈ ਸਾਈਬਰ ਅਪਰਾਧ ਮਾਮਲੇ 'ਚ ਛਾਪਾ ਮਾਰਨ ਗਈ ਈਡੀ ਟੀਮ 'ਤੇ ਹਮਲਾ ਸਾਈਬਰ ਧੋਖਾਧੜੀ ਨਾਲ ਸੰਬੰਧਿਤ ਮਨੀ ਲਾਂਡਰਿੰਗ ਕੇਸ 'ਤੇ ਦਿੱਲੀ ਵਿੱਚ ਫਾਰਮ ਹਾਊਸ 'ਤੇ ਛਾਪਾ ਮਾਰਨ ਗਈ ਈਡੀ ਟੀਮ 'ਤੇ ਹਮਲਾ ਕੀਤਾ ਗਿਆ ਜਿਸ 'ਚ ਟੀਮ ਦਾ ਇੱਕ ਮੈਂਬਰ ਜ਼ਖਮੀ ਹੋ ਗਿਆ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ਈਡੀ ਵਾਲੋ ਪੰਜਾਬ ਤੇ ਨੁਆਇਡਾ 'ਜੋ ਪੰਜ ਥਾਮਾਂ 'ਤੇ ਛਾਪੇ ਵੀਰ ਨੋ ਮਾਰਕੀਟਿੰਗ ਸਰਵਿਸਿਜ਼ ਲਿਮਿਟਿਡ ਤੇ ਸਬੰਧਤ ਫਰਮਾਂ ਤੇ ਵਿਅਕਤੀਆਂ 'ਤੇ ਗਲਾਲ ਮਨੀ ਲਾਂਡਰਿੰਗ ਜਾਂਚ ਦੇ ਸਬੰਧ ਵਿੱਚ ਜੀ.ਡੀ. ਵੱਲੋਂ ਪੰਜਾਬ ਦੇ ਮੁਹਾਲੀ ਦੇ ਉੱਤਰ ਪ੍ਰਦੇਸ਼ ਦੇ ਨੁਆਈੜਾ ਵਿੱਚ ਪੰਜ ਥਾਵਾਂ 'ਤੇ ਛਾਪੇ ਮਾਰੇ ਗਏ ਜਿਸ ਦੌਰਾਨ ਏਜੰਸੀ ਵੱਲੋਂ ਕਈ ਇਤਰਾਜਯੋਗ ਦਸਤਾਵੇਜ਼ ਤੇ ਰਿਕਾਰਡ ਜ਼ਬਤ ਕੀਤੇ ਗਏ ਨੇ ਹਾਈ ਕੋਰਟ ਵੱਲੋਂ ਪੂਜਾ ਖੇੜਕਰ ਦੀ ਅਗਾਊਂ ਜ਼ਮਾਨਤ ਅਰਜੀ ਤੇ ਫੈਸਲਾ ਰੱਖਵਾ ਦਿੱਲੀ ਹਾਈ ਕੋਰਟ ਨੇ ਸਿਵਲ ਸੇਵਾਵਾਂ ਪ੍ਰੀਖਿਆ 2022 ਚ ਧੋਖਾਧੜੀ ਕਰਨ ਤੇ ਗਲਤ ਟੰਗ ਨਾਲ OBC ਤੇ ਦਿਵਿਆਂਗ ਕੋਟਾ ਦੇ ਲਾਭ ਲੈਣ ਦੇ ਦੋਸ਼ ਹੇਠ ਬਰਖਾਸਤ ਪ੍ਰੋਵੀਜ਼ਨਰ ਆਈਏਐਸ ਅਧਿਕਾਰੀ ਪੂਜਾ ਖੇੜਕਰਦੀ ਅਗਾਊਂ ਜ਼ਮਾਨਤ ਅਰਜੀ ਤੇ ਆਪਣਾ ਫੈਸਲਾ ਰੱਖ ਮਾਰਖ ਲਿਆ ਹੈ। ਪ੍ਰਿਆੰਗਾ ਨੇ ਸੰਵਿਧਾਨ ਦੀ ਕਾਪੀ ਫੜ ਕੇ ਚੁੱਕੀ ਸੋ। ਸਰਗਰਮ ਸਿਆਸਤ ਵਿੱਚ ਸ਼ਾਮਲ ਹੋਣ ਦੇ 5 ਸਾਲ ਬਾਅਦ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਵਜੋਂ ਆਪਣੀ ਯਾਤਰਾ ਸ਼ੁਰੂ ਕਰ ਲਈ ਕਾਂਗਰਸ ਆਗੂ ਪ੍ਰਿਆੰਕਾ ਗਾਂਧੀ ਨੇ ਸੰਵਿਧਾਨ ਦੀ ਕਾਪੀ ਹੱਥ ਵਿੱਚ ਫੜ ਕੇ ਲੋਕ ਸਭਾ ਮੈਂਬਰ ਵਜੋਂ ਸੌਜਕੀ ਅੱਜ ਦੀਆਂ ਖਬਰਾਂ ਇੱਥੇ ਹੀ ਸਮਾਪਤ ਹੁੰਦੀਆਂ ਨੇ ਇਸ ਬਲੇਟਨ ਦੇ ਸਪான்ਸਰਸ ਹਨ ਸ਼ੇਰ ਆਟਾ ਮੇਡ ਇਨ ਕੈਨੇਡਾ ਐਂਡ ਦਵਾਬਾ ਸਵੀਟਸ ਐਂਡ ਰੈਸਟੋਰੈਂਟ ਮੈਨੂੰ ਰਮਨ ਸਿੱਧੂ ਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ